ਲਾਵਾਂ ਫੇਰੇ ਹੁੰਦੇ ਸਾਰੀ ਲਾੜੀ ਦੀ ਹੋਈ ਮੌਤ, ਲਾੜਾ ਵੀ ਹੋਇਆ ਬੇਹੋਸ਼। ਵਿਆਹ ਵਾਲੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ। ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਲੜਕੀ ਨੂੰ ਕੀ ਪਤਾ ਸੀ ਕਿ ਥੋੜ੍ਹੇ ਹੀ ਸਮੇਂ ਬਾਅਦ ਉਹ ਇਸ ਦੁਨੀਆਂ ਨੂੰ ਛੱਡ ਜਾਵੇਗੀ। ਦਰਸ਼ਨਾ 23 ਸਾਲਾ ਲੜਕੀ ਦਾ ਅੱਜ ਵਿਆਹ ਸੀ ਅਤੇ ਲਾਵਾਂ ਫੇਰੇ ਲੈਣ ਬਾਅਦ ਹੀ ਉਸਦੀ ਮੌਤ ਹੋ ਜਾਂਦੀ ਹੈ। ਇਹ ਮੰਦਭਾਗੀ ਖਬਰ ਜਲਾਲਾਬਾਦ ਤੋਂ ਹੈ, ਜਿੱਥੇ ਲਾਵਾਂ ਫੇਰਿਆਂ ਤੋਂ ਬਾਅਦ ਕੁੜੀ ਨੂੰ ਘਬਰਾਹਟ ਹੋਣ ਲੱਗਦੀ ਹੈ ਤਾਂ ਤੁਰੰਤ ਡਾਕਟਰ ਨੂੰ ਬੁਲਾਇਆ ਜਾਂਦਾ ਹੈ। ਡਾਕਟਰ ਵੱਲੋਂ ਉਸ ਨੂੰ ਦਵਾਈ ਵੀ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਉਸਨੂੰ ਸਟੇਜ 'ਤੇ ਲਿਜਾਇਆ ਗਿਆ, ਜਿੱਥੇ ਸਟੇਜ 'ਤੇ ਲੱਗੇ ਸੋਫੇ 'ਤੇ ਬੈਠਦੇ ਸਾਰ ਹੀ ਲੜਕੀ ਦੀ ਮੌਤ ਹੋ ਜਾਂਦੀ ਹੈ। ਇੰਨਾ ਹੀ ਨਹੀਂ, ਵਿਆਹ ਵਾਲੀ ਲੜਕੀ ਦੀ ਮੌਤ ਹੋਣ ਦੇ ਸਾਰ ਹੀ ਲਾੜਾ ਵੀ ਬੇਹੋਸ਼ ਹੋ ਜਾਂਦਾ ਹੈ ਅਤੇ ਵਿਆਹ ਦੀਆਂ ਖੁਸ਼ੀਆਂ ਵੀ ਮਾਤਮ 'ਚ ਬਦਲ ਜਾਂਦੀਆਂ ਹਨ। ਜਿੱਥੇ ਵਿਆਹ ਵਾਲੇ ਡੀਜੇ ਵੱਜ ਰਹੇ ਸਨ, ਉੱਥੇ ਵੈਣ ਭੈਣੇ ਸ਼ੁਰੂ ਹੋ ਜਾਂਦੇ ਹਨ। ਆਨੰਦ ਕਾਰਜ ਇੱਥੋਂ ਕਰਕੇ ਗਏ ਜੀ, ਟੈਂਟ 'ਚ ਆਪ ਜਾਣਾ ਸੀ, ਇੱਥੋਂ ਗਏ ਉੱਥੇ ਅਤੇ ਟੈਂਟ ਦੇ ਬਾਹਰਲੇ ਪਾਸੇ ਮੜੀ ਘਬਰਾਹਟ ਹੋਈ ਹੈ, ਪਾਣੀ ਥੋੜ੍ਹਾ ਜਿਹਾ ਫੈਲਾਇਆ ਅਤੇ ਆਉਂਦੇ ਵੀ ਠੀਕ ਹੈ। ਫਿਰ ਗਏ ਹੈਗਾ ਜਿੱਥੇ ਸਟੇਜ ਹੈਗਾ ਸੀ, ਆਪਾਂ ਜੈ ਮਾਲਾ ਪਾਉਣੇ ਸੀ, ਸ਼ਗਨ ਕਰਨੇ ਸੀ, ਉੱਥੇ ਜਾ ਕੇ ਬੈਠੇ ਨੇ ਅਤੇ ਉੱਥੇ ਜ਼ਿਆਦਾ ਥੋੜ੍ਹਾ ਜਿਹਾ ਮਹਿਸੂਸ ਹੋਇਆ। ਮੁੜ ਕੇ ਅਸੀਂ ਆਖਿਆ ਵੀ ਚੱਲ ਇੱਥੇ ਦਵਾਈ ਦੇਣ ਦੀ ਆਪਾਂ ਜਲਾ ਲਵਾਂ ਲੈ ਚੱਲ। ਫਿਰ ਗਿਰ ਲੈ ਲਹਿੰਗਾ ਲੂੰਗਾ ਵੀ ਚੇਂਜ ਕੀਤਾ ਵੀ ਕੱਪੜੇ, ਅਤੇ ਫਿਰ ਜਲਾ ਲਵਾਂ ਲੈ ਗਏ। ਉੱਥੇ ਜਾ ਕੇ ਵੀ ਮੈਂ ਬਸ ਖਤਮ ਹੋ, ਕੋਈ ਤਕਲੀਫ ਨਹੀਂ ਹੋਈ ਸੀ। ਸਿੱਖੇ ਦਾ ਮੈਂ ਬਾਸਾਂ ਦੇ ਮਾੜਾ ਦਿਲ ਕਰਦਾ, ਦੋ ਬੇਟੀਆਂ ਤੇ ਇੱਕ ਬੇਟਾ, ਮੁੰਡੇ ਤੇ ਛੋਟੀ ਸੀ।